तो पहला तो जिहड़ी अपने सीनियर अकाली नेता जिहड़े साबका मंत्री जगदीश गरचा जी दे घर जिहड़े नेपाली जिहड़े ओ नशीली चीज़ां पिया के ते उहनूं खवा के खाने दे विच ते ओ लुट करके लै गए सी ਉਹ ਉਸੇ ਦਿਨ ਤੋਂ ਅਸੀਂ ਲੱਗੇ ਸੀ। ਸਾਡੇ ਲਈ ਵੱਡੀ ਚੈਲੰਜ ਇਹ ਸੀ, 3 ਮਹੀਨੇ ਹੋ ਗਏ ਸੀ ਨੌਕਰ ਕੰਮ ਕਰਦਿਆਂ, ਬਟ ਉਹਨਾਂ ਕੋਲ ਕੋਈ ਵੀ ID ਅਤੇ ਕੋਈ ਵੀ ਫੋਟੋ ਨਹੀਂ ਸੀ ਉਹਦੀ ਜਿਹਦੇ ਨਾਲ ਅਸੀਂ ਫੜ ਸਕੀਏ। ਪਰ ਸਾਡੀ ਟੀਮ ਨੇ ਦਿਨ ਰਾਤ ਇੱਕ ਕਰਕੇ ਉਸੇ ਦਿਨ ਹੀ ਸਾਨੂੰ ਕਲਿਊ CCTV ਤੋਂ ਮਿਲਦੇ ਮਿਲਦੇ ਕਲਿਊ ਅਲਟੀਮੇਟਲੀ ਇਹ ਪਤਾ ਲੱਗ ਗਿਆ ਸੀ ਵੀ ਦਿੱਲੀ ਤੱਕ ਉਹਨਾਂ ਦੀ ਮੂਵਮੈਂਟ ਆਈ ਆ। ਅਸੀਂ 2 ਪਾਰਟੀਆਂ ਉੱਥੇ ਸਟੇਸ਼ਨ ਕਰਤੀਆਂ ਸੀ। ਉਹ ਕੱਲ੍ਹ ਉਹ ਉਦੋਂ ਕਾਮਯਾਬੀ ਮਿਲੀ ਜਦੋਂ ਦਿੱਲੀ ਪੁਲਿਸ ਦੀ ਮਦਦ ਦੇ ਨਾਲ ਅਸੀਂ 3 ਬੰਦੇ ਉੱਥੇ ਜਿਹੜੇ ਕਾਬੂ ਹੋ ਗਏ। ਉਹਦੇ ਵਿੱਚ ਮੈਂ ਤੁਹਾਡੇ ਜ਼ਰੀਏ ਦਿੱਲੀ ਪੁਲਿਸ ਦਾ ਬਹੁਤ ਕੁਇਕ ਰਿਸਪੌਂਡ ਉਹਨਾਂ ਦਾ, ਉਹਨਾਂ ਦੇ ਅਫਸਰ ਅਲਰਟ ਨਾ ਹੁੰਦੇ ਇਹ ਬੰਦੇ ਨਿਕਲ ਜਾਣੇ ਸੀਗੇ, ਅਤੇ ਉਹ ਜਿਹੜੇ ਆ 3 ਆਦਮੀ ਅਸੀਂ ਉਹਦੇ 'ਚ ਉੱਥੋਂ ਗ੍ਰਿਫਤਾਰ ਕਰ ਲਏ। ਲਗਭਗ 1/4 ਉਹਨਾਂ ਦੇ ਵਿੱਚੋਂ ਰਹਿੰਦਾ, ਉਹਦੇ ਵਿੱਚ 1 ਕਰੋੜ ਦੇ ਸੋਨੇ ਦੇ ਗਹਿਣੇ, ਘੜੀਆਂ ਹੈਗੀਆਂ, ਮੋਤੀ ਹੈਗੇ ਆ, ਵੱਖ ਵੱਖ ਦੇਸ਼ਾਂ ਦੇ ਜਿਹੜੇ ਸਿੱਕੇ ਹੈਗੇ ਆ, ਅਤੇ ਨਾਲ ਕੋਈ 3 ਲੱਖ ਦੇ ਕਰੀਬ ਕੈਸ਼ ਹੈਗਾ। ਅਤੇ ਇਹਨਾਂ ਵਿੱਚੋਂ ਦੇਖੋ ਵੇਰੀਫਿਕੇਸ਼ਨ ਨਾ ਕਰਾਉਣ ਦਾ ਖਮਿਆਜ਼ਾ ਕਿੰਨਾ ਭੁਗਤਣਾ ਪੈਂਦਾ। ਇਹਨਾਂ 'ਚੋਂ 1 ਦੋਸ਼ੀ ਦੇ ਉੱਤੇ ਫਤਿਹਗੜ੍ਹ ਸਾਹਿਬ ਪਰਚਾ ਵੀ ਦਰਜ ਹੈ। ਜੇ ਕਿਤੇ ਵੇਰੀਫਿਕੇਸ਼ਨ ਲਈ ਆਉਂਦਾ ਜਾਂ ਉਹਦੀ ਫੋਟੋ ਖਿੱਚ ਲੈਂਦੇ ਜਾਂ ਉਹਦੇ ਕੋਈ ਫਿੰਗਰਪ੍ਰਿੰਟ ਲੈਣ ਦੀ ਕੋਸ਼ਿਸ਼ ਕਰਦੇ, ਸ਼ਾਇਦ ਨੌਕਰੀ ਇੱਥੋਂ ਟਲ ਜਾਂਦਾ ਵੀ ਮੇਰੀ ਵੇਰੀਫਿਕੇਸ਼ਨ ਹੋਣੀ ਹੈ। ਬਟ ਗਲਤੀ ਹੋ ਗਈ, ਕੋਈ ਗੱਲ ਨਹੀਂ। ਸਾਡਾ ਪਹਿਲਾ ਮਕਸਦ ਸੀ ਵੀ ਇੱਕ ਜਿਹੜਾ ਸੀਨੀਅਰ ਸਿਆਸਤਦਾਨ ਆ ਉਹਦੀ ਜਾਨ ਬਚੇ, ਅਤੇ ਦੂਜੀ ਗੱਲ ਉਹ ਕਰੇ। ਅਤੇ ਹਰ ਕੇਸ ਵਾਂਗੂ ਲੁਧਿਆਣਾ ਪੁਲਿਸ ਨੇ ਉਹ ਜਿਵੇਂ ਤੁਹਾਡੇ ਵੱਲੋਂ ਦਿੱਤੀ ਟੈਗ ਲਾਈਨ ਹੈ, ਉਹ ਕਹਿੰਦੇ ਸਭ ਫੜੇ ਜਾਣਗੇ, ਇੱਥੇ ਟੈਗ ਲਾਈਨ ਆ ਸਭ ਫੜੇ ਗਏ। ਇਸ ਕਰਕੇ ਇਹ ਜਿਹੜੇ ਆ ਫੜੇ ਗਏ, ਇਹਨਾਂ ਨੂੰ ਅਸੀਂ ਅੱਜ ਰਾਤ ਤੱਕ ਵਿਦ ਸਮਾਨ ਆ ਜਿਹੜੇ ਆ ਜਾਣਗੇ, ਅਤੇ ਜਿਵੇਂ ਆਏ ਫਿਰ ਤੁਹਾਨੂੰ ਤੁਹਾਡੇ ਸਾਹਮਣੇ ਉਹ ਦੱਸਾਂਗੇ। ਇਹਨਾਂ ਦੇ ਮੁਤਾਬਕ 1 ਬੰਦਾ ਕਾਬੂ ਆ, ਜੇ ਸਾਰੀਆਂ ਡਿਟੇਲਸ ਹੈ ਉੱਥੋਂ, ਕਿਉਂਕਿ ਬੰਦੇ ਉੱਥੇ ਹੈ, ਅਸੀਂ ਹੋਰ ਕੇਸਾਂ ਦੇ ਵਿੱਚ ਲੱਗੇ, ਮੋਟੇ ਤੌਰ 'ਤੇ ਡਿਟੇਲ ਸ਼ੇਅਰ ਕਰਤੀ, ਬਾਕੀ ਜਦੋਂ ਆਉਣਗੇ ਤੁਹਾਡੇ ਨਾਲ ਸਾਰੀਆਂ ਡਿਟੇਲ ਸ਼ੇਅਰ ਕਰਦਾ। ਸੈਕਿੰਡ ਡਾਕਟਰ ਵਾਹਿਗੁਰੂ ਪਾਲ, ਜਿਨ੍ਹਾਂ ਤੋਂ 4 ਦੇਸ਼ਾਂ ਦੇ ਆਥੋਰਾਈਜ਼ ਸੀ, ਨਿਊਜ਼ੀਲੈਂਡ, ਆਸਟ੍ਰੇਲੀਆ, UK ਅਤੇ ਕੈਨੇਡਾ, ਜਿਹੜੇ ਮੈਡੀਕਲ ਕਰਨ ਲਈ ਆਥੋਰਾਈਜ਼ ਸੀ, ਉਹਨਾਂ ਦੇ ਅਸੀਂ ਘਰ ਉਹਨਾਂ ਨੂੰ ਬੰਧਕ ਬਣਾ ਕੇ ਚੋਰੀ ਹੋ ਗਈ ਸੀ। ਅਤੇ ਉਹ ਚੋਰੀ ਨਹੀਂ, ਉਹ ਡਕੈਤੀ ਸੀ, ਕਿਉਂਕਿ ਅੰਡਰ ਆਰਮ ਥ੍ਰੈਟ ਸੀ। ਅਤੇ ਉਹਨਾਂ ਨੂੰ ਅਸੀਂ 96 ਘੰਟੇ ਦੇ ਵਿੱਚ ਉਹ ਸਾਰਾ ਕੇਸ ਟਰੇਸ ਕਰ ਲਿਆ ਸੀ। ਉਹਦੇ 'ਚ ਪਹਿਲਾਂ 3,51,03,700 ਰੁਪਇਆ ਸੀ ਰਿਕਵਰ ਕੀਤਾ ਸੀ, ਅਤੇ ਉਹਦੇ ਵਿੱਚੋਂ 2 ਦੋਸ਼ੀ ਜਿਹੜੇ ਤਰਨ ਤਾਰਨ ਦੇ ਸੀ, ਉਹਨਾਂ ਨੂੰ ਪੁੱਛਗਿੱਛ ਕਰਨ 'ਤੇ ਅੱਗੇ ਜਿਹੜਾ ਅਮਾਊਂਟ ਹੈ 1 ਤੋਂ 23 ਲੱਖ, 1 ਤੋਂ 20,99,000, ਦੋਨੇ ਦੋਸ਼ੀਆਂ ਤੋਂ 43,99,000 ਹੋਰ ਰਿਕਵਰ ਹੋ ਗਿਆ। ਟੋਟਲ ਅਮਾਊਂਟ ਹੈ ਜਿਹੜਾ ਡਾਕਟਰ ਵਾਹਿਗੁਰੂ ਪਾਲ ਤੋਂ ਜਿਹੜੀ ਘਰੇ ਡਕੈਤੀ ਹੋਈ ਸੀ, ਜਿਹਦੇ 4 ਮੁਲਜ਼ਮ ਗ੍ਰਿਫਤਾਰ ਕੀਤੇ ਹੈ, 3,94,92,700 ਰੁਪਇਆ ਅਸੀਂ ਉਹਦੇ 'ਚ ਰਿਕਵਰ ਕਰਨ 'ਚ ਕਾਮਯਾਬ ਹੋਏ ਹਾਂ। ਅਤੇ ਉਹ ਅੱਗੇ ਹਜੇ ਇਹਦੀ ਰਿਮਾਂਡ ਦੌਰਾਨ ਪੁੱਛਗਿੱਛ ਜਾਰੀ ਹੈ। ਜੇ ਕੋਈ ਹੋਰ ਗੱਲ ਸਾਹਮਣੇ ਆਈ ਇਹ ਉਹ ਅਸੀਂ ਇਹ ਕਹਿ ਦਾਂਗੇ, ਉਹਨੂੰ ਫੜ ਲਾਂਗੇ। ਉਹ ਜਿਵੇਂ CMS ਦੇ ਵਿੱਚ ਉਹ ਜਿਵੇਂ ਸੀ ਡਾਕੂ ਹਸੀਨਾ ਐਂਡ ਪਾਰਟੀ ਸੀ, ਅਤੇ ਇਹ ਸ਼ਾਤਰ ਡਕੈਤ ਚਾਰੇ ਹੀ ਉਹਦੇ ਵਿੱਚ ਉਹਨੂੰ ਉਸ ਢੰਗ ਦੀ ਇਹਨਾਂ ਨੇ ਉਹ ਡਕੈਤੀ ਕੀਤੀ ਅੰਡਰ ਥ੍ਰੈਟ। ਉਹ ਪਰਿਵਾਰ ਨੂੰ ਵੀ ਇਹ ਕਹਿੰਦੇ ਰਹੇ ਵੀ ਜਿਹੜੇ ਤੁਹਾਡੇ ਗਹਿਣਿਆਂ ਨੂੰ ਦੇਖ ਕੇ ਦੱਸੋ, ਨਹੀਂ ਤਾਂ ਵੀ ਉਹ ਮਾਰ ਦਾਂਗੇ। ਕੋਈ ਨਕਲੀ ਹੈ ਤਾਂ ਜੇ ਬਾਅਦ 'ਚ ਵੇਚਣ ਵੇਲੇ ਪ੍ਰੋਬਲਮ ਆ ਗਈ ਤਾਂ ਫਿਰ ਸਾਨੂੰ ਦਿੱਕਤ ਆਊਗੀ, ਤੁਹਾਨੂੰ ਉਹਨਾਂ ਤੋਂ ਛਾਂਟੀ ਕਰਾਉਂਦੇ ਰਹੇ। ਮਤਲਬ ਹੈਰਾਨਗੀ ਇਹ ਹੈ ਉਸ ਵਿੱਚੋਂ, ਪਰ ਇਹ ਜਿਵੇਂ ਕਿ ਸਭ ਫੜੇ ਜਾਂਦੇ ਇੱਥੇ ਲੁਧਿਆਣੇ, ਇਹ ਵੀ ਫੜੇ ਗਏ। ਇਹਨਾਂ ਤੋਂ ਟੋਟਲ ਅਸੀਂ ਅਮਾਊਂਟ ਕਰ ਲਿਆ। ਲੁਧਿਆਣਾ ਦੇ ਵਿੱਚ ਅਸੀਂ ਚੋਰ ਡਕੈਤ ਮਰਡਰ ਹੀ ਨਹੀਂ ਫੜ ਰਹੇ, ਸਾਡਾ ਧਿਆਨ ਜਿਹੜਾ ਸਾਈਬਰ ਕ੍ਰਾਈਮ ਦੇ ਵਿੱਚ, ਇੱਕ ਤੁਸੀਂ ਤੁਹਾਨੂੰ ਯਾਦ ਹੋਣਾ, ਤੁਸੀਂ ਸਾਰਿਆਂ ਨੇ ਬੜਾ ਵਾਈਡਲੀ ਰਿਪੋਰਟ ਕੀਤਾ ਸੀ, ਅਸੀਂ ਸਾਈਬਰ ਸੈੱਲ ਨੂੰ ਬਹੁਤ ਸਕਸ਼ਮ ਬਣਾਇਆ ਜਿਹੜਾ ਉਹ ਕੀਤਾ। ਉਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਉਹਦੇ ਵਿੱਚੋਂ ADCP ਸੁਹੇਲ ਮੀਰ, DCP ਜਸਕਰਨ ਤੇਜਾ, ਗੁਰਕਬਾਲ ਜਿਹੜੇ ACP ਇਹਨਾਂ ਦੇ,
ਅਤੇ ਇਹਨਾਂ ਵੱਲੋਂ ਇਹ ਕਾਰਵਾਈ ਉਹਦੀ ਕਰਦਿਆਂ ਕਰਦਿਆਂ ਅਲਟੀਮੇਟਲੀ ਇੱਕ ਬੈਂਕ ਮੈਨੇਜਰ ਹੈਗੇ ਆ ਪੁਨੀਤ ਸ਼ਾਹੀ ਜਿਹੜੇ ਕਿ ਫੁੱਲਾਂ ਵਾਲੀ ਬ੍ਰਾਂਚ ਲੱਗੇ ਆ ਉਹਨਾਂ ਨੇ ਕਿਹਾ ਸੀ ਹੈਵੀ ਲਾਰਜ ਟ੍ਰਾਂਜੈਕਸ਼ਨ ਰਿਪੋਰਟਡ ਉਹਨਾਂ ਨੇ ਕਿਹਾ ਸੀ ਵੀ 57 ਲੱਖ ਰੁਪਇਆ ਜਿਹੜਾ ਉਹ ਅਮਾਊਂਟ ਹੈ ਉਹ ਰਮਨਦੀਪ ਸਿੰਘ ਗਰੇਵਾਲ ਕੈਨੇਡੀਅਨ ਸਿਟੀਜ਼ਨ ਹੈ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਕਢਾ ਲਿਆ ਗਿਆ ਅਤੇ ਇਹਦੇ ਵਿੱਚ ਅਸੀਂ ਜਿਹੜੀ ਈਮੇਲ 'ਤੇ ਕਰਦੇ ਹਾਂ ਉਹ ਵੀ ਰਿਸਪੋਂਡ ਨਹੀਂ ਕਰਦੀ ਮੋਬਾਈਲ ਨੰਬਰ ਬਾਅਦ 'ਚ ਚੇਂਜ ਕੀਤੇ ਹੈ ਉੱਥੋਂ ਪਤਾ ਲੱਗਿਆ ਜਦੋਂ ਲੰਕਾ ਢਾਂਦੀ ਹੈ ਤਾਂ ਘਰ ਦਾ ਭੇਤੀ ਜਿਹੜਾ ਲੰਕਾ ਢਾਉਣ ਵਾਲਾ ਉਹ ਇਸ ਲੰਕਾ ਨੂੰ ਢਾਉਣ ਵਾਲਾ ਜਿਹੜਾ ਕਿ ਇਹਨਾਂ ਦਾ ਰਿਲੇਸ਼ਨ ਮੈਨੇਜਰ ਸੁਖਜੀਤ ਸੀ ਉਹ ਇਹਦਾ ਮੇਨ ਕਿੰਗ ਪਿੰਨ ਸੀ ਉਹਨੇ 14 ਲੱਖ ਦੇ ਵਿੱਚ ਅੱਗੇ ਜਿਹੜੇ ਤਿੰਨ ਬੰਦਿਆਂ ਨੂੰ ਇਨਫੋਰਮੇਸ਼ਨ ਵੇਚਤੀ ਸੀ ਉਹਦੇ 'ਚੋਂ ਇੱਕ ਬਿਹਾਰ ਦਾ ਇੱਕ ਗਾਜ਼ੀਆਬਾਦ ਦਾ ਅਤੇ ਇੱਕ ਨਾਲ ਦੇ ਇਹਨਾਂ ਦੇ ਹੋਰ ਸਾਥੀ ਹੈ ਉਹਨਾਂ ਨੂੰ ਇਨਫੋਰਮੇਸ਼ਨ ਵੇਚ ਕੇ ਉਹਨਾਂ ਨੇ ਇੱਕ ਪਹਿਲਾਂ ਮੋਬਾਈਲ ਨੰਬਰ ਲਿਆ ਫਿਰ ਉਹਦੇ ਵਿੱਚ ਇੱਕ ਜਾਲੀ ਈਮੇਲ ਆਈਡੀ ਕੀਤੀ ਫਿਰ ਉਹ ਪੈਸਾ ਉਹਦੇ ਨਾਲ ਲਿੰਕ ਕਰਕੇ ਜਦੋਂ ਕਨੈਕਟ ਹੋ ਗਿਆ ਬੈਂਕ ਦੇ ਨਾਲ ਫਿਰ ਉਹਦੇ ਵਿੱਚੋਂ ਉਹ ਜਦੋਂ OTP ਆਉਣ ਲੱਗ ਗਿਆ ਫਿਰ ਉਹ 3 ਬੈਂਕ ਅਕਾਊਂਟਸ ਦੇ ਵਿੱਚ ਜਿਹੜਾ ਪੈਸਾ ਉਹਨੂੰ ਟ੍ਰਾਂਸਫਰ ਕਰਤਾ ਉਹ ਜਿਹੜਾ ਪੈਸਾ ਟ੍ਰਾਂਸਫਰ ਕੀਤਾ ਉਹਦੇ ਵਿੱਚੋਂ 45 ਲੱਖ ਹੈ ਇਹ ਉਹ ਹੈਗਾ ਨਿਲੇਸ਼ ਪਾਂਡੇ ਦੇ ਅਕਾਊਂਟ ਦੇ ਵਿੱਚ ਹੋਇਆ ਫਿਰ ਉਸ ਤੋਂ ਬਾਅਦ ਕਿਰਨ ਦੇਵੀ ਹੈ ਜਿਹੜੀ ਫੜਨੀ ਹਜੇ ਬਾਕੀ ਹੈ 6 ਲੱਖ ਉਹਦੇ ਅਕਾਊਂਟ ਦੇ ਵਿੱਚੋਂ ਹੋਇਆ ਇੱਕ ਸੁਨੇਹਾ ਜਿਹੜੀ ਇਹ ਵੀ ਹੈਗੀ ਹੈ ਇਹ ਇੱਥੇ ਲੋਕਲ ਲੁਧਿਆਣੇ ਦੇ ਕਿਸੇ ਏਰੀਏ ਦੇ ਵਿੱਚ ਰਹਿਣ ਵਾਲੀ ਹੈ ਐਡਰੈਸ ਹਜੇ ਉਹਨੂੰ ਅਸੀਂ ਫੜਾਂਗੇ 2